वाहिगुरु जी का खालसा, वाहिगुरु जी की फतेह। श्रोमणी गुरुद्वारा प्रबंधक कमेटी वालों लगातार सिखी के प्रचार प्रसार लिए कार्य किए जाते हैं। हुण जो गर्मियों दी छुट्टियां चल रही ने तो बच्चों के गुरमत समर कैंप लिए जो गुरमत सिखलाई कैंप लाए जा रहे हैं बड़े पद्धर से, जिस दौरान बच्चों गुर इतिहास सिख इतिहास बाबत जी है जानकारी दी जाती है। अज असी पिंड फफड़े भाईके विखे मौजूद आ। हल्का जोगा का ये पिंड है, श्रोमणी गुरुद्वारा प्रबंधक कमेटी का हल्का जोगा, जिस दे विच बड़े पद्धर ते गुरमत सिखलाई कैंप लग रहे थे। अज इनाम वंड समारोह होया है इत्थे, जिस दे विच हल्का जोगा दे सारे ही पिंडां दे विचों जिहड़े गुरमत सिखलाई कैंप विच भाग लै रहे बच्चे सी उहनां दा सन्मान किया गया है। विशेष तौर पर अज एक पेपर लिया गया सी, जिस दे विचों 9 बच्चों नूं पोजिशनां ने जिहड़ियां कढ़ियां गईआं ने, 3 जोनां दे विच वंड के मुकाबला होया सी। ਉਹ ਬੱਚੇ ਨੇ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਅਤੇ ਇਸ ਕੈਂਪ ਬਾਬਤ ਉਹਨਾਂ ਤੋਂ ਜਾਣਕਾਰੀ ਹਾਸਲ ਕਰਦੇ ਹਾਂ। ਇੱਥੇ ਸਾਡੇ ਨਾਲ ਭੈਣ ਜੀ ਮੌਜੂਦ ਨੇ, ਉਹਨਾਂ ਦਾ ਫਤਿਹ ਦੀ ਸਾਂਝ ਪਾਵਾਂਗੇ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ? ਫਾਫੜੇ ਭਾਈ। ਫਾਫੜੇ ਭਾਈ ਜੀ, ਤੋਂ ਕਿਹੜੀ ਕਲਾਸ ਪੜ੍ਹਦੇ ਹੋ? ਪਲੱਸ 2। ਤੇ ਅੱਜ ਗੁਰਮਤ ਸਿਖਲਾਈ ਕੈਂਪ ਦਾ ਪੇਪਰ ਹੋਇਆ ਸੀ, ਕਿਸ ਤਰ੍ਹਾਂ ਦੇ ਸਵਾਲ ਨੇ ਜਿਹੜੇ ਤੁਹਾਨੂੰ ਪੁੱਛੇ? काफी जरूरी है, साडी निजी जिंदगी नाल भी बहुत संबंध रखते हैं। बच्चों को कहेंगे भी अगे तो भी बढ़ चढ़ के ना कैंपा विच हिस्सा लो, ते साडे गुरु सरवान दी बाणी गुर इतिहास सिख इतिहास नाच इत्थे। होर बच्चे भी मौजूद ने, एक छोटी बच्ची मौजूद है जिस दे वल्लों इस कैंप दे विच हिस्सा लिया गया सी, ते अज विशेष जिहड़ा इनाम उहनां नूं साइकल वजों वंडिया गया है उहनां दा वी फतिह दी सांझ पावांगे। भैण जी वाहिगुरु जी का खालसा, वाहिगुरु जी की फतिह। कित्थों आए तुसीं? असीं कल्याण पिंड तों आए। ਕਿਹੜੀ ਕਲਾਸ ਪੜ੍ਹਦੇ ਹੋ? 6ਵੀਂ ਕਲਾਸ। ਤੇ ਗੁਰਮਤ ਸਿਖਲਾਈ ਕੈਂਪ ਭਾਗ ਲਿਆ ਸੀ? ਸਰਦਾਰ ਸਿੰਘ ਜੀ ਕੀ ਸਿੱਖਣ ਵਾਲੇ ਤੇ ਸਾਊਂਡ ਵਾਲੇ ਸਿੱਖਣ ਨੂੰ ਅੱਜ ਕਿਹੜੀ ਪੋਜੀਸ਼ਨ ਹਾਸਲ ਕੀਤੀ ਹੈ? ਤੀਜੀ। ਤੀਜੀ ਪੋਜੀਸ਼ਨ ਹਾਸਲ ਕੀਤੀ, ਖੁਸ਼ੀ ਹੋ ਰਹੀ ਹੈ। ਪੇਪਰ ਕਿੱਦਾਂ ਦਾ ਸੀ? ਔਖਾ ਸੀ ਪੇਪਰ। ਕੀ ਕੁਝ ਸਿੱਖਣ ਨੂੰ ਮਿਲਿਆ ਉਸ ਪੇਪਰ ਤੋਂ? ਬਹੁਤ ਕੁਝ ਮਿਲਿਆ। ਤੇ ਇਸ ਕੈਂਪ ਦੀ ਜੇ ਮੈਂ ਗੱਲ ਕਰਾਂ, ਕਿਸ ਕਿਸ ਤਰ੍ਹਾਂ ਦੀ ਜਿਹੜੀ ਤੁਹਾਨੂੰ ਸਿੱਖਿਆ ਹੈ ਉਹ ਦਿੱਤੀ ਜਾਂਦੀ ਹੈ? ਸਾਨੂੰ ਦੀ ਕਿਤਾਬਾਂ ਦਿੱਤੀ ਜਾਂਦੀ, ਉਹਨਾਂ ਤੋਂ ਸਿੱਖਿਆ ਉਹ ਕਰਨ ਦੀ। ਕਿਸ ਨਾਲ ਸੰਬੰਧਿਤ ਜਿਹੜੀਆਂ ਕਿਤਾਬਾਂ ਸੀ? ਉਹ ਜੀ 10 ਗੁਰੂ ਸਾਹਿਬਾਨ, 5 ਪਿਆਰੇ, 4 ਸਾਹਿਬਿਆ ਦੇ ਗੁਰੂ ਇਤਿਹਾਸ। ਪਤਾ ਹੈ ਆਪਣੇ 5 ਪਿਆਰੇ ਕੌਣ? ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਇਹ ਦੋ ਵੱਡੇ ਸਨੇਹ ਚੰਕੌਰ ਦੀ ਗੱਡੀ ਦੇ ਸਾਹਿਬ ਦੇ ਸਮਝਦੇ ਦੇ ਸ਼ਬਦ ਨੇ। ਹਲਕਾ ਜੋਗਾ ਦੀ ਸਾਰੀ ਸੱਚਤ ਬਤਾ ਬਾਬਾ ਅਜੀਤ ਸਿੰਘ ਜੀ, ਬਾਬਾ ਜੀ ਆ ਤੁਸੀਂ ਨੌਜਵਾਨ ਮੈਂਬਰ ਗੁਰੂ ਬਾਬਾ ਜੋਰਾਵਾ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਕਿਹੜੀ ਕਲਾਸ ਦੀ ਬਜ਼ਾਉਂ ਤੇ ਵੱਡੇ ਵੱਡੇ ਧਰਮ ਪ੍ਰਚਾਰ? ਤੁਸੀਂ ਦੇਖ ਸਕਦੇ ਹੋ ਕਿ 6ਵੀਂ ਕਲਾਸ ਦੀ ਬੱਚੀ ਹੈ ਤੇ ਗੁਰਮਤ ਸਿਖਲਾਈ ਕੈਂਪ ਦੀ ਹੀ ਇੱਕ ਦੇਣ ਹੈ, ਜਿਸ ਦੇ ਵਿੱਚ ਇਸ ਨੂੰ ਸਿੱਖ ਇਤਿਹਾਸ ਬਾਬਾ ਜਿਹੜੀ ਹੈ ਜਾਣਕਾਰੀ ਹਾਸਲ ਹੋਈ ਹੈ। ਭਾਵੇਂ ਉਹ 5 ਪਿਆਰਿਆਂ ਦੀ ਗੱਲ ਕਰ ਲਈਏ, ਛੋਟੇ ਸਾਹਿਬਜ਼ਾਦਿਆਂ ਦੀ ਗੱਲ ਕਰ ਲਈਏ, ਵੱਡੇ ਸਾਹਿਬਜ਼ਾਦਿਆਂ ਦੀ ਗੱਲ ਕਰ ਲਈਏ, ਉਹਨਾਂ ਬਾਬਾ ਜਿਹੜੀ ਇਹਨਾਂ ਬੱਚਿਆਂ ਨੂੰ ਵਿਸ਼ੇਸ਼ ਮੁੱਢਲੀ ਜਾਣਕਾਰੀ ਹੈ ਜਿਹੜੀ ਉਹ ਇਹਨਾਂ ਕੈਂਪਾਂ ਦੌਰਾਨ ਦਿੱਤੀ ਜਾ ਰਹੀ ਹੈ, ਤੇ ਅੱਜ ਵਿਸ਼ੇਸ਼ ਤੌਰ ਤੇ ਲੋੜ ਵੀ ਹੈ। ਜਦੋਂ ਸਮੁੱਚੀ ਜਿਹੜੀ ਨੌਜਵਾਨੀ ਆਪਾਂ ਦੇਖਦੇ ਆਸੇ ਪਾਸੇ ਨਸ਼ੇ ਦੇ ਵਿੱਚ ਗੁਲਤਾਨ ਹੁੰਦੀ ਜਾ ਰਹੀ, ਤਾਂ ਉਸ ਵਕਤ ਜਿਹੜੀ ਸਾਡੀ ਪਨੀਰੀ ਹੈ, ਇਹ ਸਿੱਖ ਬੱਚੇ ਨੇ ਜਿਹੜੇ ਜਿਨ੍ਹਾਂ ਦਾ ਹੁਣ ਬਚਪਨ ਹੈ, ਜੇ ਅੱਜ ਤੋਂ ਇਹ ਗੁਰਬਾਣੀ ਦੇ ਨਾਲ ਜੁੜਨਗੇ ਤਾਂ ਅੱਗੇ ਜਿਹੜਾ ਇਹਨਾਂ ਦਾ ਭਵਿੱਖ ਹੈ ਉਹ ਵੀ ਗੁਰਬਾਣੀ ਦੇ ਨਾਲ ਜੁੜ ਕੇ ਹੀ ਬਤੀਤ ਹੋਵੇਗਾ। ਇਹਨਾਂ ਬੱਚਿਆਂ ਦੇ ਜਿਨ੍ਹਾਂ ਦੇ ਵੱਲੋਂ ਪੋਜੀਸ਼ਨਾਂ ਹਾਸਲ ਕੀਤੀਆਂ ਗਈਆਂ ਨੇ, ਉਹਨਾਂ ਦੇ ਮਾਂ ਪਿਓ ਨੇ ਜਿਹੜੇ ਉਹ ਵੀ ਇੱਥੇ ਸਾਡੇ ਨਾਲ ਮੌਜੂਦ ਨੇ, ਉਹਨਾਂ ਦਾ ਫਤਿਹ ਦੀ ਸਾਂਝ ਪਾਵਾਂਗੇ ਤੇ ਉਹਨਾਂ ਤੋਂ ਜਾਣਕਾਰੀ ਹਾਸਲ ਕਰਾਂਗੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਹਾਂ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕਿੱਥੋਂ ਆਏ ਤੁਸੀਂ? ਖੇਲਣ ਤੋਂ ਆ ਜੀ ਪਿੰਡ ਦਾ। ਤੁਹਾਡੇ ਵੀ ਬੱਚੇ ਨੇ ਪੋਜੀਸ਼ਨ ਹਾਸਲ ਕੀਤੀ ਹੈ? ਹਾਂ। ਕਿਹੜੀ ਪੋਜੀਸ਼ਨ? ਇਹਨਾਂ ਨੇ ਗੁਰੂਆਂ ਦੀ ਪੜ੍ਹਦੇ ਰਹੇ ਨੇ, ਬਾਕੀ ਝੱਬਰ ਸਾਹਿਬ ਨੇ ਇਹਨਾਂ ਨੇ ਵੀ ਪਤਾਲਾ ਕੀਤਾ ਹੈ ਬੱਚਿਆਂ ਨੂੰ ਲਾਲਚ ਦੇ ਕੇ ਪੜ੍ਹਾਉਣ ਦਾ, ਉਹ ਸਾਡੇ 10 ਦਿਨਾਂ ਤੋਂ ਲੱਗਿਆ ਹੋਇਆ। ਹਾਂ ਨਹੀਂ, ਬਹੁਤ ਖੁਸ਼ੀ ਹੋ ਰਹੀ ਹੈ। ਸਿੱਖੀ ਦਾ ਇਤਿਹਾਸ ਉੱਚਾ ਹੋਵੇ, ਜੇ ਇਹ ਪੜ੍ਹਾਉਂਦੇ ਰਹਿਣ, ਕਮੇਟੀਆਂ ਕਰਨ, ਗੁਰੂ ਘਰ ਦੇ ਗ੍ਰੰਥੀ ਨੇ ਉਹ ਕੁਛ ਨਾ ਕੁਛ ਪ੍ਰੇਰਨਾ ਦੇਣ ਬੱਚਿਆਂ ਨੂੰ, ਤੇ ਸਿੱਖੀ ਬਚ ਰਹੇ ਜੀ। ਮਾੜੇ ਨੂੰ ਮਾੜਾ ਕਹੋ। ਮੇਰਾ ਮਤਲਬ ਹੈ ਵੀ ਇੱਕ ਕੈਂਪ ਕਿੰਨੇ ਕੁ ਜ਼ਰੂਰੀ ਨੇ ਅੱਜ ਦੇ ਸਮੇਂ ਦੇ ਵਿੱਚ ਬੁਰਾਈਆਂ ਖਤਮ ਕਰਨ?
बहुत जरूरी है, बहुत जरूरी कैंप ने यह, इन्हों का हक बनता है कैंप लाने का। तो गुरु घर कमेटियां जिहड़ियां अमृतसर कमेटी है सारे का हक बनता है, तो गुरबाणी के नाल बच्चों जोड़ना तो गुरबाणी बड़े फुले होर। बड़ी माड़ी गल है, वह गिरे बंदे ने जिहड़े बुराई करदे ने, कि सरूप चोरी हो गया जां कोई होर हो गया, यह गुरु घर नाल जिहड़ा धोखा करता वह आप ही मर जाता है, गुरु घर कुछ नहीं होता। ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਮਾਪਿਆਂ ਦੇ ਵੱਲੋਂ ਜਿੱਥੇ ਖੁਸ਼ੀ ਬਿਆਨ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਬੱਚੇ ਨੇ ਜਿਹੜੇ ਗੁਰਬਾਣੀ ਦੇ ਨਾਲ ਜੁੜੇ ਨੇ, ਗੁਰ ਇਤਿਹਾਸ ਦੇ ਨਾਲ ਜੁੜੇ ਨੇ, ਤਾਂ ਉੱਥੇ ਹੀ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਜਿਹੜੇ ਹਰ ਵਕਤ ਸੰਸਥਾਵਾਂ ਦੀ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੀ ਬੁਰਾਈ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।